ਤੁਸੀਂ ਜਿਹੜੇ ਬੈਠੇ ਹੋ ਨਾ, ਇਹ ਲੱਖਾਂ ਤੋਂ ਭਾਰੀ ਲੋਕ ਬੈਠੇ ਹੋ, ਕਿਉਂਕਿ ਇੱਥੇ ਤਾਂ ਆਬਾਦੀ ਕੋਈ ਨਹੀਂ ਨਾ ਜਨਾਬ। ਹਾਂ ਆਬਾਦੀ, ਉਹ ਕਿੱਥੋਂ ਅਸੀਂ ਚੱਲਿਆ, ਕੋਈ ਜਨਾਬ ਉੱਥੇ ਡੋ ਕੇ, ਕੋਈ ਉੱਥੇ ਡੋ ਕੇ, ਕੋਈ ਉੱਥੇ ਮਕਾਨ ਹੈ, ਕੋਈ ਉੱਥੇ ਜਨਾਬ ਤੁਹਾਡਾ ਉੱਥੋਂ ਕਿੱਥੋਂ ਦੇ ਮੁੰਡੇ ਮੋਟਰਸਾਈਕਲਾਂ ਤੋਂ ਚੱਲੇ, ਮੂੰਹ ਵਿੱਚ ਗੱਟਾ ਖਾਂਦੇ ਆਏ, ਅੱਖਾਂ ਵੀ ਇਹਨਾਂ ਦੀਆਂ ਗੱਟੇ ਨਾਲ ਭਰੀਆਂ ਗਈਆਂ ਔਰ ਸਿਰ ਵੀ ਭਰਾ ਗਿਆ, ਤੇ ਕਦੀ ਇਸ ਗੱਲ ਤੋਂ ਪਰੇਸ਼ਾਨ ਨਹੀਂ ਹੋਣਾ। ਹਾਂਜੀ, ਸ਼ੁਕਰ ਕਰੋ, ਲੋਕਾਂ ਬੜੇ ਬੜੇ ਗੁਨਾਹਾਂ ਦੀ ਖਾਤਰ ਬੜੇ ਬੜੇ ਸਫ਼ਰ ਕਰਦੇ ਨੇ, ਤੁਸੀਂ ਕਿਤਨੇ ਖੁਸ਼ ਨਸੀਬ ਹੋ ਕੇ ਲੱਭੈਕ ਯਾ ਰਸੂਲਾ ਦੇ ਨਾਰੇ ਲਾਏ ਹੋ। ਹਾਂ, ਇਹ ਤਾਂ ਅਸ਼ਰ ਕੋ ਹੋਗਾ ਯੇ ਮਾਲੂਮ ਕਿ ਜੀਤਾ ਕੌਣ ਔਰ ਹਾਰਾ ਕੌਣ। ਜੀ ਬਿਸਮਿਲ੍ਲਾ, ਇਹੀ ਤਾਂ ਗੱਲ ਹੈ ਨਾ, ਅਸੀਂ ਕਹਿੰਦੇ ਹਾਂ ਦਿਲ ਤੇ ਹੱਥ ਰੱਖ, ਸੱਚ ਸਰ ਅੱਗਾ ਤਬਦੀਲੀ ਆਈ ਕਿ ਨਾ। ਬੱਚੇ ਵੀ ਇੱਕ ਸਾਡਾ ਦੋਸਤ, ਉਹਦਾ ਬੇਟਾ ਇੱਕ ਸਾਲ ਤੇ ਦੋ ਮਹੀਨੇ ਦਾ, ਉਹ ਲੇਟ ਕੇ ਤੇ ਇੰਜ ਇੰਜ ਕਰਦਾ, ਬੈਕ 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 ਬੈਕ, ਉਹਨੂੰ ਬੈਕ ਤੇ ਨਹੀਂ ਆਉਂਦਾ ਲੇਕਿਨ ਕਹਿੰਦਾ ਬੈਕ ਬੈਕ। ਹੁਣ ਦੱਸੋ ਤਬਦੀਲੀ ਆਈ ਕਿ ਨਾ ਆਈ? ਯੂਰਪ ਜਿਹਦੇ ਨਾਲ ਵੀ ਜ਼ਿਆਦੀ ਆਈ। ਹਾਂਜੀ, ਯੂਰਪ ਜਿਹਦੇ ਨਾਲ ਵੀ ਜ਼ਿਆਦੀ। ਯੂਰਪ ਦੇ ਮੁੰਡੇ ਮੈਨੂੰ ਕਹਿੰਦੇ ਨੇ, ਅਸੀਂ ਤੁਹਾਡੀਆਂ ਤਕਰੀਰਾਂ ਸੁਣ ਕੇ ਤਿੰਨ ਤਿੰਨ ਚਾਰ ਚਾਰ ਸਾਲ ਹੋ ਗਿਆ, ਕਿਸੇ ਗੈਰ ਮਾਰਮ ਔਰਤ ਨੂੰ ਨਹੀਂ ਵੇਖ। ਮੈਂ ਉਹਨਾਂ ਕੋਲ ਆਪਣੀ ਬਖਸ਼ਿਸ਼ ਦੀ ਦੁਆ ਕਰਵਾਉਣਾ, ਆਪਣੇ ਆਪ ਨੂੰ ਬਿਲਕੁਲ ਬਦਲੋ, ਕਸ਼ਮੀਰ ਦੀ ਆਜ਼ਾਦੀ ਬਿਲਕੁਲ ਕਰੀਬ ਹੈ। ਮੈਂ ਤੁਹਾਡਾ ਐਵੇਂ ਨਹੀਂ ਗੱਲ ਕਰ ਰਿਹਾ, ਇਨਸ਼ਾਅੱਲਾ ਹੋਣਾ ਹੈ ਕੰਮ, ਸਿਰਫ ਖੜਾ ਹੋਣਾ ਤੁਹਾਡਾ ਕੰਮ ਹੈ।